ਤੀਰਥ ਯਾਤਰਾ ਟ੍ਰੇਨ ਦੇ ਅੰਦਰ ਜਾਂ ਕਿਸੇ ਵੀ ਯਾਤਰੀ ਨੂੰ ਕੋਈ ਵੀ ਸਿਹਤ ਕੋਈ ਪਰੇਸ਼ਾਨੀ ਆਉਂਦੀ ਆ ਉਸ ਨੂੰ ਟ੍ਰੇਨ ਦੇ ਅੰਦਰ ਹੀ ਜਿਹੜੀ ਹੈ ਮੈਡੀਕਲ ਸੁਵਿਧਾ ਜਿਹੜੀ ਆ ਦਿੱਤੀ ਜਾ ਰਹੀ ਹੈ। ਡਾਕਟਰਾਂ ਦੀ ਟੀਮ ਇੱਥੇ ਮੌਜੂਦ ਆ, ਇੱਕ ਸ਼ਰਧਾਲੂ ਇੱਥੇ ਪਹੁੰਚੇ ਹੋਏ ਨੇ, ਕਿਸੇ ਦਿੱਕਤ ਆਈ ਸੀ ਜਿਸ ਨੂੰ ਲੈ ਕੇ ਡਾਕਟਰ ਉਹਨਾਂ ਨੂੰ ਜਿਹੜੇ ਆ ਚੈੱਕ ਕਰ ਰਹੇ ਨੇ। ਉਸ ਤੋਂ ਬਾਅਦ ਡਾਕਟਰਾਂ ਨਾਲ ਵੀ ਗੱਲਬਾਤ ਕਰ ਲੈਣ, ਡਾਕਟਰਾਂ ਦੀ ਜਿਹੜੀ ਪੂਰੀ ਟੀਮ ਹੈ ਤੁਹਾਨੂੰ ਇੱਕ ਵਾਰੀ ਫਿਰ ਦਿਖਾ ਦਿੰਦੇ, ਡਾਕਟਰਾਂ ਦੀ ਜਿਹੜੀ ਪੂਰੀ ਟੀਮ ਹੈ ਇੱਕ ਕੋਚ ਦੇ ਵਿੱਚ ਤਿਆਰ ਬੈਠੀ ਹੈ, ਜੇ ਕਿਸੇ ਵੀ ਪੇਸ਼ੈਂਟ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਉਸ ਨੂੰ ਚੈੱਕ ਕਰਨ ਵਾਸਤੇ ਪੂਰੀਆਂ ਜਿਹੜੀਆਂ ਸੁਵਿਧਾ ਜਿਹੜੀਆਂ ਟ੍ਰੇਨ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ। ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂ, ਡਾਕਟਰ ਸਾਹਿਬ ਇੱਕ ਤਾਂ ਦੱਸ ਦਿਓ ਪਹਿਲਾਂ ਜਿਸ ਟ੍ਰੇਨ ਦੇ ਵਿੱਚ ਤੁਸੀਂ ਸ਼ਰਧਾਲੂ ਜਾ ਰਹੇ ਆ ਉਸ ਟ੍ਰੇਨ ਦੇ ਵਿੱਚ ਕੀ ਸੁਵਿਧਾ ਦਿੱਤੀ ਜਾ ਰਹੀ ਹੈ, ਓਕੇ ਤੁਹਾਡੇ ਨਾਲ ਕਿਹੜੇ ਕਿਹੜੇ ਮੈਂਬਰ ਹੈ? ਹਾਂਜੀ, ਸਾਡੇ ਨਾਲ ਟੋਟਲ 5 ਜਣ ਦੀ ਟੀਮ ਆਈ ਹੋਈ ਹੈ ਅਤੇ ਕੋਈ ਵੀ ਅਗਰ ਪੇਸ਼ੈਂਟ ਨੂੰ ਕੋਈ ਦਿੱਕਤ ਆਉਂਦੀ ਹੈ ਜਿਵੇਂ ਅੱਜ ਕੱਲ੍ਹ ਜੋ ਸਾਡੇ ਕੋਲ ਪੇਸ਼ੈਂਟ ਆ ਰਹੇ ਨੇ ਉਹ ਹਾਈਪਰਟੈਂਸ਼ਨ ਦੇ ਨੇ, ਡਾਇਬਟੀਜ਼ ਦੇ ਨੇ, ਐਸੀਡਿਟੀ ਨਾਲ ਬਹੁਤ ਪੇਸ਼ੈਂਟ ਆ ਰਹੇ ਨੇ ਅਤੇ ਆਪਾਂ ਅਪਰ ਰੈਸਪੀਟਰੀ ਟ੍ਰੈਕਟ ਇਨਫੈਕਸ਼ਨਸ ਨਾਲ ਆ ਰਹੇ ਨੇ, ਅਤੇ ਉਹ ਸਾਰੀ ਸੁਵਿਧਾ ਅਸੀਂ ਦੇ ਰਹੇ ਹਾਂ। ਅਤੇ ਅਗਰ ਕੋਈ ਐਮਰਜੈਂਸੀ ਆਉਂਦੀ ਹੈ ਤਾਂ ਉੱਥੇ ਜਾ ਕੇ ਅਸੀਂ ਪੇਸ਼ੈਂਟ ਕੋਲ ਜਾ ਕੇ ਉੱਥੇ ਟ੍ਰੀਟਮੈਂਟ ਵੀ ਦੇ ਰਹੇ ਹਾਂ। ਡਾਕਟਰ ਸਾਹਿਬ ਜਿੱਦਾਂ ਇਹ ਅੰਮ੍ਰਿਤਸਰ ਤੋਂ ਟ੍ਰੇਨ ਚੱਲੀ ਹੋਈ ਹੈ, ਠੀਕ ਹੈ, ਕੱਲ੍ਹ ਦੁਪਹਿਰ ਤੋਂ ਬਾਅਦ ਜਿੱਥੇ ਇਹਨੇ ਪਹੁੰਚਣਾ ਹੈਗਾ ਉੱਥੇ ਪਹੁੰਚੇਗੀ, ਜੇ ਗੱਲ ਕਰਾਂ ਕਿੰਨੇ ਕੁ ਪੇਸ਼ੈਂਟ ਤੁਹਾਡੇ ਕੋਲ ਆ ਚੁੱਕੇ ਆ? ਮੋਰ ਦੈਨ 50 ਪੇਸ਼ੈਂਟ ਸਾਡੇ ਕੋਲ ਆ ਚੁੱਕੇ ਨੇ ਅਤੇ ਹੋਰ ਵੀ ਆ ਰਹੇ ਨੇ ਅਤੇ ਸਾਰੀ ਸੁਵਿਧਾ ਉਹਨਾਂ ਨੂੰ ਮਿਲ ਰਹੀਆਂ ਨੇ ਅਤੇ ਸਾਰਿਆਂ ਨੂੰ ਟ੍ਰੀਟਮੈਂਟ ਚੱਲ ਰਿਹਾ ਵਧੀਆ। ਹਰ ਇੱਕ ਡੱਬੇ ਦੇ ਵਿੱਚ ਜਿਹੜੀ ਹੈ ਡਾਕਟਰਾਂ ਦੀ ਟੀਮ ਬਿਠਾਈ ਗਈ ਹੈ ਜਾਂ ਕੁਝ ਡੱਬੇ ਛੱਡ ਕੇ ਬਿਠਾਈ ਗਈ ਹੈ? ਕੁਝ ਡੱਬੇ ਛੱਡ ਕੇ ਬਿਠਾਈ ਗਈ ਹੈ ਅਤੇ ਟੀਮ ਜੇ ਸਾਰੀ ਟੀਮ ਜੋ ਹੈ 24 ਆਵਰ ਵਰਕ ਕਰ ਰਹੀ ਹੈ ਇੱਥੇ। ਡਾਕਟਰਾਂ ਦੀ ਟੀਮ ਜਿਨ੍ਹਾਂ ਨੇ ਕਿਹਾ ਕਿ ਹਰ ਇੱਕ ਪੇਸ਼ੈਂਟ ਨੂੰ ਪ੍ਰੋਪਰ ਚੈੱਕ ਕੀਤਾ ਜਾ ਰਿਹਾ, ਅਗਰ ਕੋਈ ਐਮਰਜੈਂਸੀ ਕੇਸ ਵੀ ਆਉਂਦਾ ਹੈ ਇਹ ਡਾਕਟਰ ਪਹੁੰਚ ਕੇ ਉਸ ਡੱਬੇ 'ਚ ਜਾਂਦੇ ਨੇ, ਉਸ ਡੱਬੇ ਦੇ ਵਿੱਚ ਜਾਂਦੇ ਨੇ ਔਰ ਪੇਸ਼ੈਂਟ ਨੂੰ ਚੈੱਕ ਕਰ ਰਹੇ ਨੇ। ਤਸਵੀਰਾਂ ਤੁਹਾਨੂੰ ਇੱਕ ਵਾਰੀ ਫਿਰ ਦਿਖਾ ਦਿੰਦੇ ਹਾਂ, ਪੰਜਾਬ ਸਰਕਾਰ ਵੱਲੋਂ ਜਿਹੜੀ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਹੋਈ ਹੈ ਉਸ ਟ੍ਰੇਨ ਦੀਆਂ ਨੇ ਜਿੱਥੇ ਮੈਡੀਕਲ ਸੁਵਿਧਾ ਜਿਹੜੀ ਹੈ ਯਾਤਰੀਆਂ ਨੂੰ ਜਿਹੜੀ ਹੈ ਪ੍ਰੋਵਾਈਡ ਕਰਵਾਈ ਜਾ ਰਹੀ ਹੈ। ਕੈਮਰਾਮੈਨ ਪਵਨ ਦੇ ਨਾਲ ਵਿਨੇ ਸ਼ਰਮਾ, ਦੈਨਿਕ ਸਵੇਰਾ ਟੀਵੀ। ਤੀਰਥ ਯਾਤਰਾ ਟ੍ਰੇਨ ਦੇ ਅੰਦਰ ਜਾਂ ਕਿਸੇ ਵੀ ਯਾਤਰੀ ਨੂੰ ਕੋਈ ਵੀ ਸਿਹਤ ਦੋ ਕੋਈ ਪਰੇਸ਼ਾਨੀ ਆਉਂਦੀ ਆ ਉਸ ਨੂੰ ਟ੍ਰੇਨ ਦੇ ਅੰਦਰ ਹੀ ਜਿਹੜੀ ਹੈ ਮੈਡੀਕਲ ਸੁਵਿਧਾ ਜਿਹੜੀ ਹੈ ਦਿੱਤੀ ਜਾ ਰਹੀ ਹੈ। ਡਾਕਟਰਾਂ ਦੀ ਟੀਮ ਇੱਥੇ ਮੌਜੂਦ ਆ, ਇੱਕ ਸ਼ਰਧਾਲੂ ਇੱਥੇ ਪਹੁੰਚੇ ਹੋਏ ਨੇ, ਕਿਸੇ ਦਿੱਕਤ ਆਈ ਸੀ ਜਿਸ ਨੂੰ ਲੈ ਕੇ ਡਾਕਟਰ ਉਹਨਾਂ ਨੂੰ ਜਿਹੜੇ ਆ ਚੈੱਕ ਕਰ ਰਹੇ ਨੇ। ਉਸ ਤੋਂ ਬਾਅਦ ਡਾਕਟਰਾਂ ਨਾਲ ਵੀ ਗੱਲਬਾਤ ਕਰ ਲੈਣ, ਡਾਕਟਰਾਂ ਦੀ ਜਿਹੜੀ ਪੂਰੀ ਟੀਮ ਹੈ ਤੁਹਾਨੂੰ ਇੱਕ ਵਾਰੀ ਫਿਰ ਦਿਖਾ ਦਿੰਦੇ, ਡਾਕਟਰਾਂ ਦੀ ਜਿਹੜੀ ਪੂਰੀ ਟੀਮ ਹੈ ਇੱਕ ਕੋਚ ਦੇ ਵਿੱਚ ਤਿਆਰ ਬੈਠੀ ਹੈ, ਜੇ ਕਿਸੇ ਵੀ ਪੇਸ਼ੈਂਟ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਉਸ ਨੂੰ ਚੈੱਕ ਕਰਨ ਵਾਸਤੇ ਪੂਰੀਆਂ ਜਿਹੜੀਆਂ ਸੁਵਿਧਾ ਜਿਹੜੀਆਂ ਟ੍ਰੇਨ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ। ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂ, ਡਾਕਟਰ ਸਾਹਿਬ ਇੱਕ ਤਾਂ ਦੱਸ ਦਿਓ ਪਹਿਲਾਂ ਜਿਸ ਟ੍ਰੇਨ ਦੇ ਵਿੱਚ ਤੁਸੀਂ ਸ਼ਰਧਾਲੂ ਜਾ ਰਹੇ ਆ ਉਸ ਟ੍ਰੇਨ ਦੇ ਵਿੱਚ ਕੀ ਸੁਵਿਧਾ ਦਿੱਤੀ ਜਾ ਰਹੀ ਹੈ, ਓਕੇ ਤੁਹਾਡੇ ਨਾਲ ਕਿਹੜੇ ਕਿਹੜੇ ਮੈਂਬਰ ਹੈ? ਹਾਂਜੀ, ਸਾਡੇ ਨਾਲ ਟੋਟਲ 5 ਜਣ ਦੀ ਟੀਮ ਆਈ ਹੋਈ ਹੈ ਅਤੇ ਕੋਈ ਵੀ ਅਗਰ ਪੇਸ਼ੈਂਟ ਨੂੰ ਕੋਈ ਦਿੱਕਤ ਆਉਂਦੀ ਹੈ ਜਿਵੇਂ ਅੱਜ ਕੱਲ੍ਹ ਜੋ ਸਾਡੇ ਕੋਲ ਪੇਸ਼ੈਂਟ ਆ ਰਹੇ ਨੇ ਉਹ ਹਾਈਪਰਟੈਂਸ਼ਨ ਦੇ ਨੇ, ਡਾਇਬਟੀਜ਼ ਦੇ ਨੇ, ਐਸੀਡਿਟੀ ਨਾਲ ਬਹੁਤ ਪੇਸ਼ੈਂਟ ਆ ਰਹੇ ਨੇ ਅਤੇ ਆਪਾਂ ਅਪਰ ਰੈਸਪੀਟਰੀ ਟ੍ਰੈਕਟ ਇਨਫੈਕਸ਼ਨਸ ਨਾਲ ਆ ਰਹੇ ਨੇ, ਤਾਂ ਸਾਰੀ ਸੁਵਿਧਾ ਅਸੀਂ ਦੇ ਰਹੇ ਹਾਂ। ਅਤੇ ਅਗਰ ਕੋਈ ਐਮਰਜੈਂਸੀ ਆਉਂਦੀ ਹੈ ਤਾਂ ਉੱਥੇ ਜਾ ਕੇ ਅਸੀਂ ਪੇਸ਼ੈਂਟ ਕੋਲ ਜਾ ਕੇ ਉੱਥੇ ਟ੍ਰੀਟਮੈਂਟ ਵੀ ਦੇ ਰਹੇ ਹਾਂ। ਡਾਕਟਰ ਸਾਹਿਬ ਜਿੱਦਾਂ ਇਹ ਅੰਮ੍ਰਿਤਸਰ ਤੋਂ ਟ੍ਰੇਨ ਚੱਲੀ ਹੋਈ ਹੈ, ਠੀਕ ਹੈ, ਕੱਲ੍ਹ ਦੁਪਹਿਰ ਤੋਂ ਬਾਅਦ ਜਿੱਥੇ ਇਹਨੇ ਪਹੁੰਚਣਾ ਹੈਗਾ ਉੱਥੇ ਪਹੁੰਚੇਗੀ, ਜੇ ਗੱਲ ਕਰਾਂ ਕਿੰਨੇ ਕੁ ਪੇਸ਼ੈਂਟ ਤੁਹਾਡੇ ਕੋਲ ਆ ਚੁੱਕੇ ਆ? ਮੋਰ ਦੈਨ 50 ਪੇਸ਼ੈਂਟ ਸਾਡੇ ਕੋਲ ਆ ਚੁੱਕੇ ਨੇ ਅਤੇ ਹੋਰ ਵੀ ਆ ਰਹੇ ਨੇ ਅਤੇ ਸਾਰੀ ਸੁਵਿਧਾ ਉਹਨਾਂ ਨੂੰ ਮਿਲ ਰਹੀਆਂ ਨੇ ਅਤੇ ਸਾਰਿਆਂ ਨੂੰ ਟ੍ਰੀਟਮੈਂਟ ਚੱਲ ਰਿਹਾ ਵਧੀਆ। ਹਰ ਇੱਕ ਡੱਬੇ ਦੇ ਵਿੱਚ ਜਿਹੜੀ ਹੈ ਡਾਕਟਰਾਂ ਦੀ ਟੀਮ ਬਿਠਾਈ ਗਈ ਹੈ ਜਾਂ ਕੁਝ ਡੱਬੇ ਛੱਡ ਕੇ ਬਿਠਾਈ ਗਈ ਹੈ? ਕੁਝ ਡੱਬੇ ਛੱਡ ਕੇ ਬਿਠਾਈ ਗਈ ਹੈ ਅਤੇ ਟੀਮ ਜੇ ਸਾਰੀ ਟੀਮ ਜੋ ਹੈ 24 ਆਵਰ ਵਰਕ ਕਰ ਰਹੀ ਹੈ ਇੱਥੇ। ਡਾਕਟਰਾਂ ਦੀ ਟੀਮ ਜਿਨ੍ਹਾਂ ਨੇ ਕਿਹਾ ਕਿ ਹਰ ਇੱਕ ਪੇਸ਼ੈਂਟ ਨੂੰ ਪ੍ਰੋਪਰ ਚੈੱਕ ਕੀਤਾ ਜਾ ਰਿਹਾ, ਅਗਰ ਕੋਈ ਐਮਰਜੈਂਸੀ ਕੇਸ ਵੀ ਆਉਂਦਾ ਹੈ ਇਹ ਡਾਕਟਰ ਪਹੁੰਚ ਕੇ ਉਸ ਡੱਬੇ 'ਚ ਜਾਂਦੇ ਨੇ, ਉਸ ਡੱਬੇ ਦੇ ਵਿੱਚ ਜਾਂਦੇ ਨੇ ਔਰ ਪੇਸ਼ੈਂਟ ਨੂੰ ਚੈੱਕ ਕਰ ਰਹੇ ਨੇ। ਤਸਵੀਰਾਂ ਤੁਹਾਨੂੰ ਇੱਕ ਵਾਰੀ ਫਿਰ ਦਿਖਾ ਦਿੰਦੇ ਹਾਂ, ਪੰਜਾਬ ਸਰਕਾਰ ਵੱਲੋਂ ਜਿਹੜੀ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਹੋਈ ਹੈ ਉਸ ਟ੍ਰੇਨ ਦੀਆਂ ਨੇ ਜਿੱਥੇ ਮੈਡੀਕਲ ਸੁਵਿਧਾ ਜਿਹੜੀ ਹੈ ਯਾਤਰੀਆਂ ਨੂੰ ਜਿਹੜੀ ਹੈ ਪ੍ਰੋਵਾਈਡ ਕਰਵਾਈ ਜਾ ਰਹੀ ਹੈ। ਕੈਮਰਾਮੈਨ ਪਵਨ ਦੇ ਨਾਲ ਵਿਨੇ ਸ਼ਰਮਾ, ਦੈਨਿਕ ਸਵੇਰਾ ਟੀਵੀ।